Orta değerli. Hello.
I
ਜਾ ਰਿਹਾ। ਇਹਦੇ ਨਾਲ ਹੀ ਮੈਂ ਸਮਝਦਾ ਕਿ ਸਦਾਵਾਂ 500 ਬੈੱਡ ਦੀ ਇੱਕ ਸਰਾਂ ਜਿਹੜੀ ਹੈ ਉਹ ਵੀ 350 ਸਾਲਾਂ ਇਸ ਪੁਰਬ ਨੂੰ ਸਮਰਪਿਤ ਜਿਹੜੀ ਹੈ ਉਹ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਹੋ ਰਹੀ ਹੈ, ਜਿਹੜੀ ਸਾਰੀ ਏਅਰ ਕੰਡੀਸ਼ਨ ਹੋਏਗੀ ਔਰ ਉਹਦੇ ਬਹੁਤ ਆਲੀਸ਼ਾਨ ਜਿਹੜੇ ਕਮਰੇ ਨੇ ਸਜਵਾਏ ਜਾਣਗੇ। ਇਸ ਤੋਂ ਇਲਾਵਾ ਅੱਜ ਅਸੀਂ ਭਾਈ ਘਨੱਈਆ ਜੀ ਦੇ ਨਾਂ 'ਤੇ ਇੱਕ ਨਰਸਿੰਗ ਕਾਲਜ ਦਾ ਨੀਂਹ ਪੱਥਰ ਰੱਖਿਆ ਔਰ ਜਿਹੜਾ ਕਿ ਬਹੁਤ ਜਲਦੀ ਥੋੜ੍ਹੇ ਮਹੀਨਿਆਂ ਦੇ ਵਿੱਚ ਉਹ ਤਿਆਰ ਕਰਕੇ ਅਸੀਂ ਉਹ ਵੀ ਕੌਮ ਨੂੰ ਜਿਹੜਾ ਸਮਰਪਿਤ ਕਰਾਂਗੇ। ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਇਤਿਹਾਸ ਹੈ ਇਸ ਅਨੰਦਪੁਰ ਸਾਹਿਬ ਦੀ ਧਰਤੀ ਦਾ, ਜਿੱਥੇ ਸਤਿਗੁਰੂ ਜੀ ਨੇ ਕਿਲ੍ਹਾ ਵੀ ਛੱਡਿਆ, ਪਰਿਵਾਰ ਵਿਛੋੜਾ ਵੀ ਹੋਇਆ ਔਰ ਮੈਂ ਸਮਝਦਾ ਕਿ ਉਸ ਇਤਿਹਾਸ ਨੂੰ ਸੰਭਾਲਣ ਲਈ ਸਾਨੂੰ ਯਤਨ ਕੀਤੇ ਜਾਣੇ ਚਾਹੀਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨ ਕਰ ਰਹੀ ਹੈ, ਲੇਕਿਨ ਸਹਿਯੋਗ ਸੁੱਚੀ ਸਿੱਖਾਂ ਦਾ ਜਿਹਦੇ ਵਿੱਚ ਸੱਤ ਸਿੱਖਾਂ ਪੂਰੀ ਰੂਪ ਵਿੱਚ ਹੋ ਕੇ ਜੰਗਸ਼ੂ ਗੱਜਬੰਦੀਆਂ ਪੂਰੀ ਰੂਪ ਵਿੱਚ ਹੋ ਕੇ ਸੰਸਕ੍ਰਿਤ ਖਿਲਾਫ ਪੂਰੀ ਰੂਪ ਵਿੱਚ ਹੋ ਕੇ ਸਾਡਾ ਸਹਿਯੋਗ ਕਰ ਰਹੀ ਹੈ। ਬਾਬਾ ਗੁਰਦੁਆਰਿਆਂ ਦੇ ਨੇ ਬਾਬਾ ਜੀ ਬਾਬਾ ਲਖਵੀਰ ਸਿੰਘ ਜੀ, ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਸਿੱਖੀ ਦੇ ਪ੍ਰਚਾਰ ਦੇ ਪ੍ਰਸਾਰ ਲਈ। ਮੈਂ ਉਹਨਾਂ ਦਾ ਪ੍ਰਚਾਰ ਬਹੁਤ ਧੰਨਵਾਦ ਕਰਦਾ ਔਰ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਸਿੱਖ ਕੌਮ ਦੇ ਪ੍ਰਚਾਰ ਲਈ, ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ, ਇਸ ਪਿੰਡ ਭਰਨ ਲਈ ਉਹ ਆਪਣੇ ਯਤਨ ਜਿਹੜੇ ਕਰਨਗੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਦਾ ਉਡੀਕੇ ਗਏ ਪ੍ਰੋਗਰਾਮ ਹੈ ਜਬਲ ਤੱਕ ਸਮੇਂ ਦੇ ਰਹੇ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਸ਼ਾਮਾਂ ਲਾਚਿਤ ਤੁਹਾਡੇ ਨਾਲ ਹੋਣੇ ਲਿਖਣ ਵਾਲੇ ਦੋ ਨੰਬਰ ਹੋਣੇ ਲਿਖ ਲਓ, ਤੁਹਾਡਾ ਸਾਹਿਬ ਦਾ ਮੇਨ ਸਮਾਗਮ ਗੁਰਗੱਦੀ ਦਿਵਸ ਸਮਾਗਮ ਦੇ 4-5 ਦਿਨ ਸ਼ਾਮਾਂ ਅਸੀਂ ਉਹ ਪਹਿਲਾਂ ਸਮਾਗਮ ਯਾਦਾਂ ਸਰ ਆਪਾਂ 350 ਚੱਲ ਰਹੇ ਸੀ।
ਬੁਲਾ ਕੇ ਲਿਆ ਜਲਦੀ ਇਹਨਾਂ ਨੂੰ, ਉਹ ਕਮਰੇ 'ਚ ਬੈਠੇ ਹੋਣੇ ਪਹਿਲੇ ਕਮਰੇ 'ਚ, ਆਹ ਸ਼ੋਟ ਬਣਾ ਤੂੰ ਲੈ ਵੜ। ਦੇਖੋ ਛੋਟੇ ਤੋਂ ਦੇਖੋ ਜੀ, ਦੇਖੋ ਛੋਟੇ ਸਾਰੀ ਗੱਡੀਆਂ ਦੇਖੀਆਂ ਪ੍ਰੋਪਰ ਐਂ ਚੱਲਦੀ ਜੀ, ਪੂਰਾ ਲੋਕ ਲੱਗਦਾ।
ਇੱਧਰ ਦੇਖੋ ਸਭ ਵੀਰਾ ਪੂਰੇ ਆ ਰਹੇ ਨਾ ਕਿਆ ਬੰਦਾ ਦੱਸ ਮਾਇਆ ਰਿਕਾਰਡਿੰਗ ਦੱਸ ਉਹ ਬੰਦਾ ਬੰਦ ਹੀ ਕਰਤੀ ਉਹਨੇ ਮੈਂ ਕਿਹਾ ਬਾਈਟ ਦੀ ਰਿਕਾਰਡਿੰਗ ਬੰਦ ਕਰੀ ਬਹਿ ਕੇ ਦੱਸ ਬਾਬਿਆਂ ਦੀ ਗੱਡੀ ਨਿਕਲ ਗਈ ਹਾਂ ਸਰ ਕਾਫੀ ਨਾ ਪੂਰਾ ਪ੍ਰੋਪਰ ਨਹੀਂ ਆ ਰਿਹਾ ਤਰੀਕੇ ਨਾਲ ਬਸ ਚਲੋ ਪੂਰੀ ਕਿਤੇ ਹਿਲਦਾ ਜੀ ਆਓ ਜੀ ਬਸ ਆ
ਗੇਟ ਤਾਂ ਪਾ ਕਰਨਾ ਮੈਂ। ਚਲੋ ਚਲੋ ਚਲੋ, ਰਿਕੋਰਡਿੰਗ ਚੱਲ ਰਹੀ ਮੇਰੀ। ਹਾਂ 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 ਹਾਂ, ਹੁਣ ਗੱਡੀ ਸਹੀ ਚੱਲ ਰਹੀ ਨਾ ਗੱਡੀਆਂ ਮੈਂ ਨਾ ਹੁਣ ਗੱਡੀ ਸਹੀ ਚੱਲ ਰਹੀ ਹੈ ਨਾ। ਚਲੀ ਭਾਜੀ ਸਵਾਗਤ ਕਰਨਾ ਹੈ। ਅੱਗੇ ਹੋ ਕੇ ਜੋ ਰਤਵਾੜਾ ਸਾਹਿਬ ਦੀ ਧਰਤੀ ਤੋਂ ਸਵੇਰੇ 8-9 ਵਜੇ ਦੇ ਕਰੀਬ ਲਗਾਤਾਰ ਸਫ਼ਰ ਕਰਦੇ ਹੋਏ 100 ਸਾਲ ਨੂੰ ਸਮਰਪਿਤ ਇਸ ਸਥਾਨ ਦੇ ਉੱਤੇ ਪਹੁੰਚਿਆ ਹੈ ਅਤੇ ਬਾਬਾ ਮੋਹਨ ਸਿੰਘ ਜੀ ਜਥੇਦਾਰ ਹਲਕਾ ਇਹ ਵੀ ਪਹੁੰਚਿਆ ਹੈ। ਆਪਾਂ ਸਾਰੇ ਹੀ ਮਿਲ ਕੇ ਕੀਤੀ ਜਾਵੇ ਫਿਰ ਬੇਨਤੀ ਹੈ ਸਾਰਿਆਂ ਨੂੰ ਜੀ ਆਇਆਂ ਕਹਿਣ ਵਾਸਤੇ ਇੱਥੇ ਸਾਰੇ ਹੀ ਸਾਹਮਣੇ ਖੜ੍ਹਨ ਦੀ ਕਿਰਪਾਲਤਾ ਕਰੋ ਤੇ ਨਾਲ ਹੀ ਨਾਲ ਬਾਪੂ ਜੀ ਇੱਧਰ ਜਗ੍ਹਾ ਦੇ ਉੱਤੇ ਖੜ੍ਹਨ ਦੀ ਕਿਰਪਾਲ ਕਰੋ ਤਾਂ ਜੋ ਇਹ ਜੋ ਪਹੁੰਚੇ ਹੋਏ ਹੈ ਇਸ ਦਾ ਸਵਾਗਤ ਆ ਧਰਤੀ ਦੇ ਉੱਤੇ ਪਹੁੰਚ ਚੁੱਕਿਆ ਹੈ। ਸਾਰੇ ਹੀ ਪ੍ਰੇਮੀ ਪਿਆਰ ਵਾਲੇ ਇਸ ਜੋ ਇਲਾਕਾ ਹੈ ਮੰਗਲ ਇਹ ਇਲਾਕਾ ਮੰਗਲ ਦਾ ਉਸ ਵੱਲੋਂ ਸਾਰੇ ਹੀ ਪ੍ਰੇਮੀ ਤਤਪਰ ਹਨ। ਕੈਮਰਾ ਟੀਮ ਪਹਿਲਾਂ ਤਾਂ ਪਹੁੰਚ ਚੁੱਕੀ ਹੈ ਜਿਨ੍ਹਾਂ ਨੇ ਸੇਵਾ ਨਿਭਾਈ ਹੈ ਸਵੇਰ ਤੋਂ ਹੀ ਲਗਾਤਾਰ ਇੱਕ ਅੱਠ ਗੱਡੀ ਦੇ ਵਿੱਚ ਖੜ੍ਹ ਕੇ ਸਾਰੀ ਕੈਜਮੈਂਟ ਕੀਤੀ ਹੈ। ਸਾਰਿਆਂ ਤੋਂ ਲਗਾਤਾਰ ਇਸ ਇਲਾਕੇ ਦੇ ਅੰਦਰ ਸੇਵਾ ਨਿਭਾਈ ਅਤੇ ਉਹ ਨਗਰ ਕੀਰਤਨ ਬਹੁਤ ਹੀ ਲੰਬੀ ਪਹੁੰਚ ਚੁੱਕਿਆ ਹੈ। ਬੇਨਤੀ ਹੈ ਨਗਰ ਕੀਰਤਨ ਹੈ ਸਵੇਰ ਤੋਂ ਗੁਰਦੁਆਰਾ ਸਾਹਿਬ ਦੀ ਧਰਤੀ ਤੋਂ ਚੱਲ ਕੇ ਇਸ ਇਲਾਕੇ ਦੇ ਅੰਦਰ ਪਹੁੰਚਿਆ ਹੈ ਬਾਬਾ ਸੁਖਵਿੰਦਰ ਸਿੰਘ ਜੀ।
Thank you.
ਕਰਕੇ ਬਣਾ ਇੱਕ ਆਹ ਕਿਹਦੇ ਨਾਲ
Thank you.
Oh,
ਸਾਹਿਬ ਧਿਓ ਸਾਹਿਬ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਧਿਓ ਸਾਹਿਬ ਦਸਵਾਂ ਪਾਤਸ਼ਾਹ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦੀ ਸਮਾਪਤੀ ਹੋਈ ਹੈ। ਆਪਣੀਆਂ ਦਾ ਕੋਟਾਨ ਬਹੁਤ ਸ਼ੁਕਰ ਹੈ। ਆਪਣੀਆਂ ਨੇ ਪਾਰਟੀ ਇਸ ਸਮੇਂ ਸੁਖਾਸੀ ਸਭ ਤੋਂ ਸੱਚਖੰਡ ਵਿਖੇ ਕਰਨੀ ਸਰਬੱਤ ਸੰਗਤਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ ਕੀਤੀਆਂ ਸਮਾਵਾਂ ਹੈ ਪਾਣੀਆਂ ਸੋ ਕਾਸਰਾਂ ਦੇ ਦਰਾਜ ਨੂੰ ਸਾਧ ਸੰਗਤ ਸਿਰਤੋਂ ਖੁਸ਼ੀ ਬਖਸ਼ੋ ਸਹੀ ਕਾਰੇ ਮੇਲ ਵਾਹਿਗੁਰੂ ਜੀ ਕਾ ਖਾਲਸਾ। ਮਹਾਨਗਰ ਕੀਰਤਨ ਸਜਾਇਆ ਗਿਆ ਅਤੇ ਆਪ ਜੀ ਕਿਆ ਸੰਦੇਸ਼ ਦੇਣਾ ਚਾਹੁੰਦੇ ਆਪਣੀ ਸਿੱਖ ਸੰਗਤਾਂ ਨੂੰ ਇਸ ਦੇ ਬਾਰੇ 'ਚ? ਸਾਰੇ ਇਕੱਠਾ ਕਰ ਲਓ। ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਗੁਰਸਿੱਖਾਂ ਨੂੰ ਆਪਣੇ ਖਾਲਸੇ ਨੂੰ ਆਨੰਦਾਂ ਦੀ ਪੁਰੀ ਦੇ ਅੰਦਰ ਪੂਰਨ ਆਨੰਦ ਦੀ ਦਾਤ ਬਖਸ਼ਣ ਵਾਸਤੇ ਅੱਜ ਤੋਂ 350 ਸਾਲ ਪਹਿਲਾਂ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਨਗਰ ਦੀ ਬੁਨਿਆਦ ਰੱਖੀ ਔਰ ਬਾਬਾ ਬੁੱਢਾ ਜੀ ਦੀ ਅੰਸ਼ ਬੰਸ਼ ਵਿੱਚੋਂ ਧੰਨ ਭਾਈ ਗੁਰਦਿੱਤਾ ਜੀ ਦੇ ਪਾਸੋਂ ਮੋਹੜੀ ਗੜਵਾਈ ਔਰ ਇਸ ਨਗਰ ਦਾ ਨਾਮ ਚੱਕ ਮਾਤਾ ਨਾਨਕੀ ਰੱਖਿਆ ਗਿਆ। ਮਾਤਾ ਨਾਨਕੀ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਸਨ ਔਰ ਜਿਸ ਵਕਤ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਟਨਾ ਸਾਹਿਬ ਜੀ ਦੀ ਧਰਤੀ ਤੋਂ ਇਸ ਅਸਥਾਨ 'ਤੇ ਪਹੁੰਚੇ ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਨੌਵੇਂ ਗੁਰਦੇਵ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਤਨੀ ਬਾਣੀ ਆਪ ਜੀ ਦੇ ਜ਼ੁਬਾਨੀ ਯਾਦ ਹੈ ਉਹ ਸਾਰੀ ਬਾਣੀ ਸਾਨੂੰ ਸੁਣਾਉਣਾ ਕਰੋ ਔਰ ਜਿੱਥੇ ਕਲਗੀਧਰ ਪਾਤਸ਼ਾਹ ਜੀ ਨੇ ਸ਼੍ਰੀ ਜਪਜੀ ਸਾਹਿਬ ਜੀ ਦਾ ਜ਼ੁਬਾਨੀ ਪਾਠ ਸੁਣਾਇਆ ਉੱਥੇ ਸੰਪੂਰਨ ਸ਼੍ਰੀ ਅਨੰਦ ਸਾਹਿਬ ਜੀ ਦਾ ਪਾਠ ਵੀ ਆਪਣੀ ਰਸਨਾ ਤੋਂ ਜ਼ੁਬਾਨੀ ਕੰਠ ਸੁਣਾਇਆ ਔਰ ਇਸ ਪ੍ਰਸੰਨਤਾ ਵਿੱਚ ਨੌਵੇਂ ਪਾਤਸ਼ਾਹ ਜੀ ਨੇ ਇਸ ਅਸਥਾਨ ਦਾ ਇਸ ਧਰਤੀ ਦਾ ਨਾਮ ਸ਼੍ਰੀ ਅਨੰਦਪੁਰ ਸਾਹਿਬ ਰੱਖਿਆ ਔਰ 1699 ਦੀ ਵਿਸਾਖੀ ਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਅਸਥਾਨ 'ਤੇ ਪੰਜਾਂ ਪਿਆਰਿਆਂ ਦੇ ਸੀਸ ਲੈ ਕੇ ਪੰਜ ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਪੰਜਾਂ ਪਿਆਰਿਆਂ ਨੂੰ ਸੁਰਜੀਤ ਕਰਕੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ
ਔਰ ਆਪਣੇ ਖਾਲਸੇ ਨੂੰ ਲਗਭਗ 20,000 ਦੀ ਗਿਣਤੀ ਉਸ ਸਮੇਂ ਸੰਗਤਾਂ ਦੀ ਹਾਜ਼ਰ ਸੀ। ਅੰਮ੍ਰਿਤ ਛਕਣ ਵਾਲਿਆਂ ਦੀ ਲੱਖਾਂ ਦੀ ਗਿਣਤੀ ਦੀ ਸੰਗਤ ਦੇ ਵਿੱਚੋਂ 20,000 ਪ੍ਰਾਣੀਆਂ ਨੂੰ ਸਤਿਗੁਰੂ ਜੀ ਨੇ ਇਸ ਅਸਥਾਨ 'ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਔਰ ਜ਼ੁਲਮ ਦਾ ਨਾਸ਼ ਕਰਨ ਲਈ ਧਰਮ ਦੇ ਯੁੱਧ ਇਸ ਧਰਤੀ 'ਤੇ ਕਲਗੀਧਰ ਪਾਤਸ਼ਾਹ ਜੀ ਨੇ ਕੀਤੇ ਹੈ। ਖਾਲਸੇ ਵਿੱਚ ਵੀਰਤਾ ਦੇ ਗੁਣ ਭਰਨ ਵਾਸਤੇ, ਸ਼ਸਤਰ ਵਿੱਦਿਆ ਦਾ ਅਭਿਆਸੀ ਬਣਾਉਣ ਵਾਸਤੇ ਖਾਲਸੇ ਲਈ ਹੋਲੇ ਮਹੱਲੇ ਦਾ ਮਹਾਨ ਜੋੜ ਮੇਲਾ ਇਸ ਧਰਤੀ 'ਤੇ ਸਥਾਪਿਤ ਕੀਤਾ। ਇਸ ਲਈ ਸਮੁੱਚਾ ਖਾਲਸਾ ਪੰਥ ਬੜੀ ਸ਼ਰਧਾ ਨਾਲ, ਬੜੇ ਉਤਸ਼ਾਹ ਨਾਲ ਆਪਣੇ ਗੌਰਵਮਈ ਇਤਿਹਾਸ ਨੂੰ ਵਾਰ ਵਾਰ ਦੁਹਰਾਉਂਦਾ ਹੋਇਆ ਇਸ ਸਦੀ ਦੇ ਅੰਦਰ 350 ਸਾਲਾ ਸਥਾਪਨਾ ਦਿਵਸ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਮਨਾਉਣ ਜਾ ਰਿਹਾ, ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੀਆਂ ਸਿੱਖ ਸੰਪਰਦਾਵਾਂ, ਸਮੁੱਚਾ ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਖ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇਸ ਸਮਾਗਮ ਨੂੰ ਬੜੇ ਚਾਅ ਨਾਲ, ਬੜੇ ਉਤਸ਼ਾਹ ਨਾਲ, ਸ਼ਰਧਾ ਨਾਲ, ਖਾਲਸਾਈ ਜਾਹੋ ਜਨਾਲ ਨਾਲ ਮਨਾ ਰਹੇ ਹੈ। ਸਮੁੱਚੇ ਸੰਤ ਸਮਾਜ ਵੱਲੋਂ ਅੱਜ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਬਹੁਤ ਵੱਡਾ ਨਗਰ ਕੀਰਤਨ ਪ੍ਰਾਰੰਭ ਕੀਤਾ ਗਿਆ। ਲਗਭਗ 8 ਤੋਂ 10 ਕਿਲੋਮੀਟਰ ਲੰਮਾ ਇਹ ਨਗਰ ਕੀਰਤਨ ਚੱਲਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਪੁੱਜਿਆ। ਔਰ ਇਸ ਨਗਰ ਕੀਰਤਨ ਦੀ ਵਿਸ਼ੇਸ਼ ਤੌਰ 'ਤੇ ਜੋ ਸੇਵਾ ਉਹ ਸੰਤ ਸਮਾਜ ਦੇ ਜਨਰਲ ਸਕੱਤਰ ਮਹਾਂਪੁਰਖ ਸੰਤ ਬਾਬਾ ਲਖਵੀਰ ਸਿੰਘ ਜੀ ਰਤਵਾੜੇ ਵਾਲਿਆਂ ਨੇ ਬਹੁਤ ਵੱਡਾ ਉਪਰਾਲਾ ਕੀਤਾ। ਦਿਨ ਰਾਤ ਇੱਕ ਕਰਕੇ ਉਹਨਾਂ ਨੇ ਅੱਜ ਇਸ ਦਿਹਾੜੇ 'ਤੇ ਲੱਖਾਂ ਸੰਗਤਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਨਗਰ ਕੀਰਤਨ ਰਾਹੀਂ ਉਹਨਾਂ ਨੇ ਦਰਸ਼ਨ ਕਰਵਾਏ ਹੈ। ਔਰ ਇਸ ਨਗਰ ਕੀਰਤਨ ਦੇ ਵਿੱਚ ਰਾੜਾ ਸਾਹਿਬ ਦੀ ਸੰਪਰਦਾਏ, ਨਾਨਕਸਰ ਸੰਪਰਦਾਏ, ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ, ਸੇਵਾ ਪੰਥੀ ਔਰ ਕਾਰ ਸੇਵਾ ਵਾਲੇ ਮਹਾਂਪੁਰਸ਼ ਸਾਰਿਆਂ ਨੇ ਮਿਲ ਕੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ। ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਨਗਰ ਕੀਰਤਨ ਲਾਸਾਨੀ ਅਤੇ ਅਲੌਕਿਕ ਨਗਰ ਕੀਰਤਨ ਅੱਜ ਇਸ ਅਸਥਾਨ 'ਤੇ ਪੁੱਜਿਆ। ਦਾਸ ਜਿੱਥੇ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ, ਸੰਗਤਾਂ ਨੂੰ ਵਧਾਈ ਦਿੰਦਾ, ਉੱਥੇ ਸੰਤ ਬਾਬਾ ਲਖਵੀਰ ਸਿੰਘ ਜੀ ਦਾ, ਸਮੁੱਚੇ ਸੰਤ ਸਮਾਜ ਦਾ ਵੀ ਮੈਂ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਇਸ ਸਮਾਗਮ ਦਾ, ਇਹਨਾਂ ਦਿਹਾੜਿਆਂ ਦਾ ਆਦੇਸ਼ ਔਰ ਸੰਦੇਸ਼ ਪੂਰੀ ਕੌਮ ਦੇ ਵਿੱਚ ਕਿ ਸਮੁੱਚੀ ਕੌਮ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੇ, ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ, ਜਿਨ੍ਹਾਂ ਨੇ ਕੇਸ ਕਟਾਏ ਆ ਉਹ ਸਾਬਤ ਸੂਰਤ ਕੇਸ ਰੱਖਣ ਔਰ ਨਸ਼ਿਆਂ ਤੋਂ ਆਪਣੀ ਕੌਮ ਨੂੰ ਮੁਕਤ ਕਰ ਸਕੀਏ, ਸਮਾਜਿਕ ਕੁਰੀਤੀਆਂ ਨੂੰ ਆਪਣੀ ਕੌਮ ਤੋਂ ਬਚਾ ਸਕੀਏ। ਖਾਲਸਾਈ ਬੋਲ ਬਾਲਿਆਂ ਦਾ ਦੁਨੀਆਂ ਦੇ ਕੋਨੇ ਕੋਨੇ ਵਿੱਚ ਅਸੀਂ ਪ੍ਰਚਾਰ ਔਰ ਪ੍ਰਸਾਰ ਕਰ ਸਕੀਏ, ਇਹੀ ਇਹਨਾਂ ਨਗਰ ਕੀਰਤਨਾਂ ਦਾ, ਇਹਨਾਂ ਸਮਾਗਮਾਂ ਦਾ ਮੁੱਖ ਮਨੋਰਥ ਅਤੇ ਮੁੱਖ ਟੀਚਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਲੱਖਾਂ ਸੰਗਤਾਂ ਇਸ ਪਾਵਨ ਸਥਾਨ 'ਤੇ ਨਤਮਸਤਕ ਹੋਈਆਂ ਹਨ। ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ, ਜੋ ਕਿ ਤਖਤ ਸਾਹਿਬ ਜੀ ਦੇ ਜਥੇਦਾਰ ਹਨ, ਉਹਨਾਂ ਨੇ ਸੰਤ ਸਮਾਜ ਨੂੰ ਹੁਕਮ ਕੀਤਾ ਕਿ ਸੰਤ ਸਮਾਜ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਇੱਥੇ ਆਵੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ। ਦਾਸ ਨੇ ਸਾਰੇ ਮਹਾਂਪੁਰਸ਼ਾਂ, ਸਭਾ ਸੁਸਾਇਟੀ, ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਹ ਵਿਸ਼ਾਲ ਨਗਰ ਕੀਰਤਨ ਕੇਵਲ ਇੱਕ ਸਥਾਨ ਵੱਲੋਂ ਨਹੀਂ, ਸਾਰੀ ਸੰਗਤ ਵੱਲੋਂ ਹੀ, ਜਿਹਦੇ ਵਿੱਚ ਦਮਦਮੀ ਟਕਸਾਲ ਦੇ ਮਹਾਂਪੁਰਸ਼, ਰਾੜਾ ਸਾਹਿਬ ਸੰਪਰਦਾ ਦੇ ਮਹਾਂਪੁਰਸ਼, ਕਾਰ ਸੇਵਾ ਵਾਲੇ ਮਹਾਂਪੁਰਸ਼, ਨਿਹੰਗ ਸਿੰਘ ਜਥੇਬੰਦੀਆਂ, ਹੋਰ ਸਭਾ ਸੁਸਾਇਟੀਆਂ, ਭਾਵ ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ, ਜਿਵੇਂ ਕਿ ਜਿਹਦੇ ਵਿੱਚ ਸਾਰੇ ਹੀ ਮਹਾਂਪੁਰਸ਼ ਆ ਜਾਂਦੇ ਹਨ, ਉਹਨਾਂ ਵੱਲੋਂ ਇਹ ਵਿਸ਼ਾਲ ਨਗਰ ਕੀਰਤਨ ਅੱਜ ਸ੍ਰੀ ਭੱਠਾ ਸਾਹਿਬ ਤੋਂ ਆਰੰਭ ਹੋਇਆ। ਇਹ ਪਾਵਨ ਸਥਾਨ ਅਨੰਦਪੁਰ ਸਾਹਿਬ, ਜਿੱਥੇ 1665 ਈਸਵੀ 19 ਜੂਨ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਪਾਵਨ ਸਥਾਨ ਦਾ ਨੀਂਹ ਪੱਥਰ ਰੱਖਿਆ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਈਸਵੀ ਨੂੰ
ਪੰਥ ਖਾਲਸੇ ਦੀ ਸਾਜਨਾ ਕਰਕੇ ਆਪਣਾ ਰੂਹ ਬਖਸ਼ ਕੇ ਸਦਾ ਵਾਸਤੇ ਖਾਲਸੇ ਅਨੰਦਪੁਰ ਸਾਹਿਬ ਦਾ ਵਾਸੀ ਬਣਾਇਆ। ਸੋ ਦਾਸ ਦੇ ਅੰਦਰ ਇੱਕ ਅਰਦਾਸ ਕਿ ਸਮੂਹ ਪੰਥ ਖਾਲਸਾ, ਕਿਉਂਕਿ ਚਾਹੇ ਕੋਈ ਸੰਪਰਦਾਵਾਂ ਹਨ, ਚਾਹੇ ਟਕਸਾਲ ਹੈ, ਚਾਹੇ ਸਭਾ ਸੁਸਾਇਟੀ ਹੈ, ਚਾਹੇ ਕਾਸ ਵਾਲੇ ਮਹਾਂਪੁਰਸ਼ ਹਨ, ਚਾਹੇ ਸਿੰਘ ਸਭਾਵਾਂ ਹੋਰ ਜਥੇਬੰਦੀਆਂ ਹਨ, ਅਸੀਂ ਸਾਰੇ ਹੀ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖ ਹਾਂ ਅਤੇ ਸਾਰਿਆਂ ਦਾ ਹੀ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਮਾਤਾ ਸਾਹਿਬ ਕੌਰ ਹੈ। ਇਸ ਕਰਕੇ ਅਸੀਂ ਸਾਰੇ ਹੀ ਇਕੱਠੇ ਹੋਈਏ ਔਰ ਪੰਥ ਖਾਲਸੇ ਦੀ ਏਕਤਾ ਵਾਸਤੇ ਇਹ ਅਰਦਾਸ ਹੈ ਔਰ ਸਾਨੂੰ ਧੰਨ ਗੁਰੂ ਸਤਿਗੁਰੂ ਬਾਜਾਂ ਵਾਲੇ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ 'ਤੇ ਪੂਰਨ ਮਾਣ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਇਹ ਖਾਲਸਾ ਜੋ ਹੈ, ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਖਾਲਸੇ ਨੂੰ ਸੱਚ ਨੂੰ ਕਦੇ ਵੀ ਖਤਰਾ ਨਹੀਂ, ਕਿਉਂਕਿ ਖਾਲਸਾ ਸੱਚ ਦਾ ਪੁਜਾਰੀ ਹੈ। ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਇਸ ਕਰਕੇ ਇਹ ਖਾਲਸੇ ਉੱਤੇ ਸਦਾ ਹੀ ਸਤਿਗੁਰ ਦੀ ਕਿਰਪਾ ਹੈ ਔਰ ਹੁਣ ਥੋੜ੍ਹੇ ਸਮੇਂ ਵਿੱਚ ਬੜੀ ਵੱਡੀ ਆਸ ਹੋਈ ਹੈ, ਕਿਰਪਾ ਹੋਈ ਹੈ ਕਿ ਇਹ ਜੋ ਪੰਜਾਬ ਦੇ ਨੌਜਵਾਨ ਸਿੱਖੀ ਤੋਂ ਦੂਰ ਜਾ ਰਹੇ ਸਨ ਉਹ ਵਾਪਸ ਆਪ ਸਿੱਖੀ ਵਿੱਚ ਆ ਰਹੇ ਹਨ, ਕੇਸ ਰੱਖ ਰਹੇ ਹਨ, ਨਸ਼ੇ ਛੱਡ ਰਹੇ ਹਨ ਔਰ ਸੀਸ 'ਤੇ ਦਮਾਲੇ ਸਜਾ ਰਹੇ ਹਨ। ਅਸੀਂ ਅਰਦਾਸ ਕਰਦੇ ਹਾਂ ਕਿ ਸਾਰਾ ਪੰਥ ਖਾਲਸਾ ਇੱਕ ਹੋ ਕੇ ਸਿੱਖੀ ਦਾ ਪ੍ਰਚਾਰ ਕਰੇ। ਆਸ 'ਚ ਅਸੀਂ ਭਾਈ ਭਾਈ ਇਕੱਠੇ ਹੋਈਏ, ਏਕ ਪਿਤਾ ਏਕ ਹਮ ਮਾਰਗ ਤੂੰ ਮੇਰਾ ਗੁਰਹਾਈ। ਸਮੂਹ ਮਹਾਂਪੁਰਸ਼ਾਂ ਦਾ, ਸਾਰੇ ਮਹਾਂਪੁਰਸ਼ਾਂ ਨੇ ਬੜਾ ਸਹਿਯੋਗ ਦਿੱਤਾ, ਸਾਰੀ ਸੰਗਤ ਨੇ ਬੜਾ ਸਹਿਯੋਗ ਦਿੱਤਾ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬਾਜਾਂ ਵਾਲੇ ਸਤਿਗੁਰੂ ਨੂੰ ਕੋਟਨ ਕੋਟ ਵਾਰ ਦਾਸ ਨਮਸਕਾਰ ਕਰਦਾ ਹੋਇਆ ਖਿਮਾ ਮੰਗਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤਿਲਕ ਜੰਝੂ ਦੇ ਰਾਖੇ ਸਤਿਗੁਰੂ ਜੀ ਨੇ 1665 19 ਜੂਨ ਨੂੰ ਅਨੰਦਪੁਰ ਸਾਹਿਬ ਵਸਾਵਨਾ ਕੀਤਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਅਨੰਦਪੁਰ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਕੀਤੀ। ਇਸ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਸਥਾਪਨਾ ਦਿਵਸ 350 ਸਾਲਾ 17, 18, 19 ਜੂਨ ਨੂੰ ਜੋ ਆ ਰਿਹਾ 2015। ਸਮੁੱਚੇ ਖਾਲਸਾ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਸੰਪਰਦਾਵਾਂ, ਸਮੂਹ ਧਾਰਮਿਕ ਜਥੇਬੰਦੀਆਂ, ਸਮੂਹ ਮਹਾਂਪੁਰਖ, ਸੰਤ ਸਮਾਜ, ਸਮੁੱਚਾ ਖਾਲਸਾ ਪੰਥ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਵੀ 17, 18, 19 ਜੂਨ ਨੂੰ ਸਾਰਾ ਪੰਥ ਮਨਾਉਣ ਜਾ ਰਿਹਾ ਹੈ, ਜਿਹਦੇ ਸੰਬੰਧ ਵਿੱਚ ਦੇਸ਼ਾਂ ਵਿਦੇਸ਼ਾਂ 'ਚ ਇਸ ਨੂੰ ਸਮਰਪਿਤ ਗੁਰਮਤਿ ਸਮਾਗਮ ਕੀਤੇ ਜਾ ਰਹੇ ਨੇ। ਵੱਖ ਵੱਖ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਵੀ ਨਗਰ ਕੀਰਤਨ ਆਰੰਭ ਹੋ ਕੇ ਇੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਪਹੁੰਚ ਰਹੇ ਨੇ, ਜਿਹੜੇ ਤਕਰੀਬਨ 100 ਦੇ ਨੇੜੇ ਨਗਰ ਕੀਰਤਨ ਅੱਜ ਤੱਕ ਇੱਥੇ ਪਹੁੰਚ ਚੱਲੇ ਨੇ। 18 ਜੂਨ ਨੂੰ 100 ਤੋਂ ਕਾਫੀ 12-15 ਉੱਪਰ ਨਗਰ ਕੀਰਤਨ ਚਲੇ ਜਾਣੇ ਆ। ਲੜੀ ਸਤਿਗੁਰੂ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਇਸੇ ਲੜੀ ਦੇ ਤਹਿਤ ਬਹੁਤ ਸਤਿਕਾਰਯੋਗ ਮਹਾਂਪੁਰਖ ਜੋ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ, ਬਹੁਤ ਸਤਿਕਾਰਯੋਗ ਸੰਤ ਬਾਬਾ ਲਖਵੀਰ ਸਿੰਘ ਜੀ ਰਤਵਾੜੇ ਵਾਲੇ ਮਹਾਂਪੁਰਖ, ਸਤਿਕਾਰਯੋਗ ਸੰਤ ਬਾਬਾ ਬਰਜਿੰਦਰ ਸਿੰਘ ਜੀ ਰਾੜੇ ਵਾਲੇ ਰਾੜਾ ਸੰਪਰਦਾ ਮਹਾਂਪੁਰਖ, ਬਹੁਤ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਖ, ਸਾਡੇ ਬਹੁਤ ਸਤਿਕਾਰਯੋਗ ਸੰਤ ਬਾਬਾ ਸਰੂਪ ਸਿੰਘ ਜੀ ਸੌਲਖੀਆਂ ਵਾਲੇ ਮਹਾਂਪੁਰਖ ਬੈਠੇ ਹਨ, ਸਤਿਕਾਰਯੋਗ ਬੁੱਢਾ ਦਲ ਦੇ ਮੁਖੀ 96 ਕਰੋੜੀ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ, ਅਤੇ ਨਾਲ ਹੀ ਉਹਨਾਂ ਦੇ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਜੋਗਿੰਦਰ ਸਿੰਘ ਜੀ ਨਿਹੰਗ ਸਿੰਘ, ਉਹ ਵੀ ਹੋਰ ਬਹੁਤ ਸਾਰੇ ਸੰਤ ਬਾਬਾ ਮਨਮੋਹਨ ਸਿੰਘ ਜੀ ਵਾਰਨਾ ਵਾਲੇ, ਹੋਰ ਬਹੁਤ ਸਾਰੇ ਮਹਾਂਪੁਰਖ ਮੇਰੇ ਬਹੁਤ ਸਤਿਕਾਰਯੋਗ ਸੰਤ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ, ਉਹ ਵੀ ਬਹੁਤ ਸਾਰੇ ਸਮੁੱਚੇ ਨਾਲ ਸਿੰਘਾਂ ਦੇ ਨਾਲ
बहुत सारिया सारे महापुरख इकट्ठे हो करके अज ये धन दशमेश पिता गुरु गोबिंद सिंह साहब जी महाराज के पावन स्थान गुरद्वारा पट्ठा साहब रोपड़ तो आरंभ हो के नगर कीर्तन हजारों की गिनती के अंदर जिदे सैकड़ों की गिनती च बड़िया बसा छोटे वहीकल कई सैकड़ों की गिनती सन ठाठा मारदा इकट्ठ एक वखरा ही जाहो जलाल सी ये वेखन वाला ये नगर कीर्तन तख्त श्री केसगढ़ साहब विखे गुरु कृपा नाल निर्विघन संपूर्ण होया है। तख्त श्री केसगढ़ साहब का दास नमाना सेवक होने के नाते तख्त साहब केसगढ़ साहब के मैनेजर साहब श्रोमणी गुरद्वारा प्रबंधक कमेटी के प्रधान साहब साढ़े इतों के हैड ग्रंथी साहब तख्त साहब के पंज प्यारे साहबान साढ़े वालों सारे वालों सारे जिन्हें महापुरख आए ने सारिआं नूं असीं जीओ आया कहिंदे आं। सारे महापुरखां दा समुची संगत दा बहुत बहुत धन्नवाद करदे आं। अगों अरदास करदे आं सतगुरु कृपा करने नामा सारे महापुरखां दे सिर ते मेहर प्रयात रख के इसे तरह ये पंथक सेवावां सतगुरु महापुरखां तो चढ़दी कला विच लैंदे रहन। दास मीडिया वाले वीरां नूं भी बेनती करदा मेरी आवाज़ देश विदेश विच इस दे जरिए जिथों तक पहुँच रही आ 17, 18, 19 जून नूं जो आपां वड्डे पद्धर ते मनाउण जा रहे हां जिहदे च भाई साहिब भाई पिंदरपाल सिंह जी श्री नगर वाले भाई हरजिंदर सिंह जी श्री दरबार साहब जी दे हजूरी रागी जथे तख्त श्री अकाल तख्त साहब जी दे जथेदार सिंह साहब ज्ञानी गुरबचन सिंह दरबार साहब दे हैड ग्रंथी साहब ते होर सिंह साहिबान बाहरले तख्त तख्त श्री हजूर साहब दे पटना साहब दे तख्त श्री दमदमा साहब जी दे पंजां तख्त साहिबाना दे जथेदार साहिबान बहुत विद्वान इत्थे 17, 18, 19 जून को समुची पंजाब सरकार मुख्यमंत्री पंजाब सरकार सरदार सुखबीर सिंह जी उप मुख्यमंत्री पंजाब सरकार सरदार प्रकाश सिंह जी बादल मुख्यमंत्री पंजाब सरकार बड़े पद्धर के उत्ते बाहरले सूबे चो होर भी बहुत सारे मुख्यमंत्री पहुँच रहे हैं। देशों विदेशों तो गुरु नानक नाम लेवा गुरसिख संगत पहुँच रही हैं। मेरी हथवन बेनती है सारे भाई कलगिया वाले ने पंथ बसे मैं उजड़ा मन चाओ कनेरा सब कुछ साथों बार के सानू आनंदपुर साहब का वासी बनाया साडा जन्म तख्त केसगढ़ साहब द जन्म नाल तो हर किसी का मोह हुंदा है। साडा एको ही पिता दुनिया च कोई कौम नहीं ऐसी कोई पीर पैगंबर औलिया अवतार नहीं जिहदा एको ही जन्म स्थान होवे एको थां दा वासी होवे एको पिता होवे एको माता होवे एको गुरु होवे तो एक सिख कौम नूं माण है खालसा पंथ नूं। इत्थों दे असीं वासी हाँ सारिआं ने 17, 18, 19 जून नूं वीरां कत्त के आउणा है। जिहड़े महापुरखे नगर कीर्तन लै के आए इन्हां नूं भी मेरे हाथ जोड़ के निम्रता नाल बेनती आ इदों वध वड्डे होर बसां दे काफले दे रूप विच वहीकल वड्डे तों वड्डे लै करके होर हजारां दी गिनती च कल्ले कल्ले महापुरखां ने नाल संगतां नूं लै के इत्थे पहुँचना है। मैं सारिआं दा फिर बहुत बहुत धन्नवाद करदा 350 साल स्थापना दिवस की सारिआं संगतां नूं बहुत बहुत बधाई दिंदा हाँ। वाहिगुरू जी का खालसा वाहिगुरू जी की फतह। वाहिगुरू जी का खालसा वाहिगुरू जी की फतेह। सतगुरु श्री गुरु तेग बहादुर साहब महाराज सचे पातशाह की अपार बख्शिश धन श्री गुरु गोबिंद सिंह साहब सचे पातशाह की अपार बख्शिश जो 350वां स्थापना दिन श्री आनंदपुर साहब का इस नगरी का वसाउण का सतगुरु महाराज साहब जी ने बख्शिश की है समुचे पंथ के उत्ते साडी जिंदगी दे अंदर ये सुनहरी पल आए न ते जिथे समुचे खालसा पंथ दियां जथेबंदियां निहंग सिंह संप्रदावां तां जां होर जथेबंदियां अपने तौर ते इह नगर कीर्तन लै के आईआं ते अज गुरमत सिद्धांत प्रचारक संत समाज ते समुचे रूप दे अंदर सारियां संप्रदावां ते पट्ठा साहिब दे विच जिथे बहुत वड्डी एकत्रता 7-8 किलोमीटर नगर कीर्तन से जिहड़ा आप जी ने देख लिया ते सतगुरु महाराज साहिब जी दी अपार बख्शिश होई है ते सारे महापुरशां ने बड़ी मेहनत दे नाल ते मुख रूप दे विच संत बाबा लखवीर सिंह जी ने जो मेहनत कीती है वो सारे दे सामने है। संत बाबा बलजिंदर सिंह जी संत ज्ञानी हरनाम सिंह जी महापुरख मुख दमदमी टकसाल और इस तरह संत समाज वालों जिहड़ा बाबा जी ने बहुत बड़ा दमदमी टकसाल वालों उपराला कीता पाठ बोध समागम वो उत्थे दुख निवारण साहिब चल रहा है वह भी एक एडा शलाघाजोग कदम है क्योंकि संपर्दा का संपर्दा मुखी दमदमी टकसाल होने के नाते बाबा जी का कर्तव्य बनता सी इस गल की मैं इन्हों बधाई देना कि जोड़ा पाठ बोध समागम चल रहा है तो समुचे रूप के जोड़ा अज
ਹੁਣ ਤੱਕ ਦੇ ਸਾਰੇ ਜਿਹੜੇ ਨਗਰ ਕੀਰਤਨ ਆਏ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਇਹ ਇੱਕ ਆਪਣੀ ਵਿਸ਼ੇਸ਼ਤਾ ਰੱਖਣ ਵਾਲਾ ਨਗਰ ਕੀਰਤਨ ਸੀ ਜਿਹਦੇ ਵਿੱਚ ਇੰਨੀ ਇਕੱਤਰਤਾ ਸੀ ਉੱਥੇ ਦੇਖਿਆ ਜਾਂਦਾ ਸੀ ਵੀ ਇੰਨੀ ਇਕੱਤਰਤਾ ਨੂੰ ਸੰਭਾਲਣਾ ਵੀ ਕਿਵੇਂ ਹੋਏਗਾ ਅਤੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਪਹਿਲਾਂ ਇੱਥੇ ਪਹੁੰਚੇ ਹੋਏ ਸੀ ਕਿਉਂਕਿ ਲੰਗਰ ਦਾ ਬਹੁਤ ਵੱਡੀ ਸੇਵਾ ਇਹਨਾਂ ਨੇ ਸੰਭਾਲੀ ਹੋਈ ਹੈ ਸੰਪਰਦਾ ਰਾੜਾ ਸਾਹਿਬ ਸਮੁੱਚੇ ਰੂਪ ਦੇ ਸਾਰੀਆਂ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿੰਨੇ ਮਹਾਂਪੁਰਸ਼ ਆਏ ਨੇ ਉਹਨਾਂ ਦਾ ਵੀ ਧੰਨਵਾਦ ਦੇਸ਼ ਪ੍ਰਦੇਸ਼ ਆਵਾਜ਼ ਪਹੁੰਚਾਉਣ ਵਾਲੇ ਟਾਈਮ ਟੇਬਲ ਵਾਲੇ ਪ੍ਰਬੰਧਕਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਇਸ ਥਾਂ ਦੀ ਆਵਾਜ਼ ਜਿਹੜੀ ਹੈ ਸਮੁੱਚੇ ਖਾਲਸਾ ਪੰਥ ਦੀ ਅਤੇ ਏਕਤਾ ਦਾ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਅਤੇ ਕਲਗੀਧਰ ਪਾਤਸ਼ਾਹ ਦਾ ਇਹ ਪਰਿਵਾਰ ਹੈ ਜਿਹਨੂੰ ਮਹਾਰਾਜ ਸਾਹਿਬ ਨੇ ਕਿਹਾ ਸੁਖੀ ਵਸੈ ਮੋਰੋ ਪਰਿਵਾਰ ਆ ਸੇਵਕ ਸਿੱਖ ਸਵੇ ਕਰਤਾਰਾ ਇਸ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਦੇ ਰਾਖੇ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਅੱਜ ਤੋਂ ਤਕਰੀਬਨ 350 ਸਾਲ ਪਹਿਲਾਂ ਜੋ ਸ੍ਰੀ ਅਨੰਦਪੁਰ ਸਾਹਿਬ ਦੀ ਇੱਥੇ ਇਸ ਨਗਰ ਦੀ ਮੋਹੜੀ ਗੱਡੀ ਚੱਕ ਨਾਨਕੀ ਮਾਖੋਵਾੜ ਪਿੰਡ ਦੇ ਵਿੱਚ ਉਸ ਦਿਹਾੜੇ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ ਸਮੁੱਚੀਆਂ ਸਿੱਖ ਸੰਗਤਾਂ ਸਮੁੱਚਾ ਸਿੱਖ ਪੰਥ ਬੜੀ ਸ਼ਰਧਾ ਔਰ ਬੜੇ ਉਤਸ਼ਾਹ ਦੇ ਨਾਲ ਮਨਾ ਰਿਹਾ ਹੈ। ਇਸ ਸੰਬੰਧ ਵਿੱਚ ਜੋ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੀ ਵਿਸ਼ੇਸ਼ ਤੌਰ 'ਤੇ ਸੇਵਾ ਲੱਗੀ ਸੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਉਚੇਚੇ ਤੌਰ 'ਤੇ ਇਹਦੇ ਵਿੱਚ ਮੋਢੀ ਹੋ ਕੇ ਸੇਵਾ ਕੀਤੀ ਸੰਤ ਲਖਵੀਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਭਾਵੇਂ ਬਾਕੀ ਸਾਰੀਆਂ ਸੰਪਰਦਾਵਾਂ ਨੇ ਸਾਰੀਆਂ ਜਥੇਬੰਦੀਆਂ ਨੇ ਇਹਨਾਂ ਦਾ ਸਾਥ ਦਿੱਤਾ ਪਰ ਉਚੇਚੇ ਤੌਰ 'ਤੇ ਇਹਨਾਂ ਨੇ ਬੀੜਾ ਚੁੱਕਿਆ। ਪਿਛਲੇ ਕਿੰਨੇ ਦਿਨਾਂ ਤੋਂ ਇਹ ਯਤਨਸ਼ੀਲ ਸਨ ਇਸ ਨਗਰ ਕੀਰਤਨ ਨੂੰ ਸਫਲ ਕਰਨ ਵਾਸਤੇ ਇਸ ਨਗਰ ਕੀਰਤਨ ਦੀ ਇਕੱਤਰਤਾ ਔਰ ਸ਼ੋਭਾ ਵਧਾਉਣ ਵਾਸਤੇ। ਸੋ ਜੋ ਇਹਨਾਂ ਨੇ ਇੰਨੇ ਦਿਨ ਬੜੀ ਲਗਨ ਦੇ ਨਾਲ ਬੜੀ ਮਿਹਨਤ ਦੇ ਨਾਲ ਬੜੇ ਸਿਰੜ ਦੇ ਨਾਲ ਇਹ ਸੇਵਾ ਨੂੰ ਨਿਭਾਉਣ ਵਾਸਤੇ ਕਮਰ ਕਸਾ ਕੀਤਾ ਅੱਜ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਉਹ ਨਗਰ ਕੀਰਤਨ ਇੱਥੇ ਆ ਕੇ ਨਿਰਵਿਘਨ ਸੰਪੂਰਨ ਹੋਇਆ। ਬੜੀ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਨੇ ਉਤਸ਼ਾਹ ਦਿਖਾਇਆ ਆਪਣੀ ਸ਼ਮੂਲੀਅਤ ਕੀਤੀ ਔਰ ਇਸ ਨਗਰ ਕੀਰਤਨ ਦੀ ਸ਼ੋਭਾ ਵਧਾਈ। ਔਰ ਉਚੇਚੇ ਤੌਰ 'ਤੇ ਜੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਇੱਥੋਂ ਦੇ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਸਮਾਜ ਦੇ ਜਿੰਨੇ ਵੀ ਮਹਾਂਪੁਰਖਾਂ ਦੀ ਜੋ ਜੋ ਸੇਵਾ ਲੱਗੀ ਹੈ ਉਹ ਸਾਰੇ ਇਸ ਨੂੰ ਗੁਰੂ ਕੀ ਸੇਵਾ ਜਾਣ ਕੇ ਬੜੀ ਤਨਦੇਹੀ ਦੇ ਨਾਲ ਨਿਭਾ ਰਹੇ ਨੇ। ਉਦਾਸ ਇਸ ਸ਼ੁਭ ਅਵਸਰ 'ਤੇ ਜਿੱਥੇ ਸਰਬੱਤ ਸਿੱਖ ਤੰਗਤਾਂ ਨੂੰ ਸਿੱਖ ਜਗਤ ਨੂੰ ਵਧਾਈ ਦਿੰਦਾ ਹੈ ਉੱਥੇ ਨਾਲ ਇੱਕ ਬਹੁਤ ਵੱਡਾ ਉੱਦਮ ਕੀਤਾ ਹੈ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਪਾਠ ਬੋਧ ਸਮਾਗਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਪਿਛਲੀ 10 ਜੂਨ ਤੋਂ ਪ੍ਰਾਰੰਭ ਹੋ ਕੇ ਇਹ 12 ਜੁਲਾਈ ਤੱਕ ਚੱਲਣਾ ਹੈ। ਇਹ ਬਹੁਤ ਵੱਡੀ ਸੇਵਾ ਆਪਣੇ ਆਪ ਦੇ ਵਿੱਚ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਚੱਲ ਰਹੀ ਹੈ ਉਹ ਸੇਵਾ ਵੀ ਇਸੇ ਹੀ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਹੈ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ ਇਸ ਸੇਵਾ ਦੇ ਵਿੱਚ ਮਹਾਂਪੁਰਖਾਂ ਨੂੰ ਪੂਰਨ ਸਫਲਤਾ ਬਖਸ਼ਿਸ਼ ਕਰਨ ਤਾਂ ਜੋ ਇਹਨਾਂ ਦਾ ਕੀਤਾ ਹੋਇਆ ਇਹ ਪੁਰਸ਼ਾਰਥ ਵੀ ਸਫਲਾ ਹੋ ਸਕੇ। ਇੱਕ ਵਾਰ ਫਿਰ ਸਰਬੱਤ ਸੰਗਤਾਂ ਨੂੰ ਸਮੁੱਚੇ ਸਿੱਖ ਜਗਤ ਨੂੰ ਇਸ ਮਹਾਨ ਪਵਿੱਤਰ ਦਿਹਾੜੇ ਦੀ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਦੀ ਦਾਸ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਅਨੰਦਪੁਰ ਸਾਹਿਬ ਦੀ ਸਥਾਪਨਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ 350 ਸਾਲ ਦੀ ਲੱਖ ਲੱਖ ਵਧਾਈਆਂ ਹੋਣ ਔਰ ਜੋ ਨਗਰ ਕੀਰਤਨ ਅੱਜ ਸਮੂਹ ਮਹਾਂਪੁਰਸ਼ਾਂ ਨੇ ਦਮਦਮੀ ਟਕਸਾਲ ਦੇ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਮੁਖੀ ਉਹਨਾਂ ਨੇ ਅਤੇ ਰਤਵਾੜਾ ਸਾਹਿਬ ਦੇ ਮੁਖੀ ਸੰਤ ਬਾਬਾ ਲਖਵੀਰ ਸਿੰਘ ਜੀ ਉਹਨਾਂ ਨੇ ਹੋਰ ਸਮੂਹ ਮਹਾਂਪੁਰਸ਼ਾਂ ਨੇ ਬੜੇ ਵੱਧ ਚੜ ਕੇ ਸਮੂਹ ਸੰਗਤਾਂ ਨੇ ਬਹੁਤ ਉਤਸ਼ਾਹ ਨਾਲ ਚੜ੍ਹਦੀ ਕਲਾ ਦੇ ਵਿੱਚ ਨਗਰ ਕੀਰਤਨ ਲਿਆਂਦਾ। ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀਆਂ ਭਰੀਆਂ। ਗੁਰੂ ਸਾਹਿਬ ਸਦਾ ਹੀ ਪੰਥ ਦੀ ਚੜ੍ਹਦੀ ਕਲਾ ਰੱਖਣ, ਇਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖਣ, ਰਹਿਮਤਾਂ ਕਰਨ, ਚੜ੍ਹਦੀ ਕਲਾ ਰੱਖਣ। ਸੱਚੇ ਪਾਤਸ਼ਾਹ ਸਮੂਹ ਸੰਗਤਾਂ ਦੇ ਪੰਥ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਸਾਡੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਥਾਪਨਾ ਦਿਵਸ ਦੇ 350 ਦੇ ਸੰਬੰਧ ਵਿੱਚ ਜੋ ਨਗਰ ਕੀਰਤਨ ਲੈ ਕੇ ਮਹਾਂਪੁਰਸ਼ ਆਏ ਹੈ, ਇਹਨਾਂ ਮਹਾਂਪੁਰਸ਼ਾਂ ਦਾ ਦਾਸ ਵੱਲੋਂ ਲੱਖ ਲੱਖ ਵਧਾਈ ਹੋਵੇ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਤੋਤਰਵ ਸਤਲੁਜ ਦੇ ਕੰਢੇ ਉੱਤੇ ਨੈਣਾ ਦੇਵੀ ਪਰਬਤ ਦੇ ਪਾਸ ਪਿੰਡ ਮਾਖੋਵਾਲ ਦੀ ਜਗ੍ਹਾ ਖਰੀਦ ਕਰਕੇ ਇਹ ਆਨੰਦਾਂ ਦੀ ਪੁਰੀ ਸ਼੍ਰੀ ਅਨੰਦਪੁਰ ਸਾਹਿਬ ਵਸਾਉਣਾ ਕੀਤਾ। ਔਰ ਇਸ ਨਗਰ ਨੂੰ ਪਹਿਲਾਂ ਸਾਡੇ ਗੁਰੂ ਪਿਤਾ ਨੇ ਨਿਵਾਸ ਕਰਕੇ ਆਪ ਇੱਥੋਂ ਦੇ ਵਾਸੀ ਬਣੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿੱਥੋਂ ਦਾ ਪਿਤਾ ਦਾ ਨਿਵਾਸ ਹੋਵੇ ਔਲਾਦ ਦਾ ਨਿਵਾਸ ਹੀ ਉੱਥੇ ਹੁੰਦਾ ਹੈ। ਗੁਰੂ ਸਾਹਿਬ ਜੀ ਦੇ ਨਿਵਾਸ ਤੋਂ ਉਪਰੰਤ 1699 ਦੀ ਵਿਸਾਖੀ 'ਤੇ ਸਾਨੂੰ ਖੰਡੇ ਬਾਟੇ ਦੀ ਪਹੁਲ ਛਕਾ ਕੇ ਇੱਥੋਂ ਦੇ ਨਿਵਾਸੀ ਬਣਾਉਣਾ ਕੀਤਾ। ਔਰ ਉਸ ਵਸੇਬੇ ਦੇ ਤਹਿਤ 350 ਸਾਲਾ ਜੋ ਸ਼ਤਾਬਦੀ ਦੇ ਰੂਪ ਵਿੱਚ ਸਮੂਹ ਖਾਲਸਾ ਪੰਥ ਮਨਾ ਰਿਹਾ ਹੈ, ਉਸ ਜੋੜ ਮੇਲੇ ਦੇ ਤਹਿਤ ਜਿੱਥੇ ਸੈਂਕੜੇ ਨਗਰ ਕੀਰਤਨ ਪਹੁੰਚ ਰਹੇ ਨੇ, ਪਰ ਸਮੂਹ ਹੀ ਸੰਤ ਸਮਾਜ ਵੱਲੋਂ ਇਹ ਬਹੁਤ ਵਿਲੱਖਣ ਬਹੁਤ ਵੱਡੇ ਇਕੱਠ ਵਾਲਾ 8-10 ਕਿਲੋਮੀਟਰ ਦੇ ਏਰੀਏ ਦੇ ਵਿੱਚ ਘੇਰੇ ਦੇ ਵਿੱਚ ਇਹ ਨਗਰ ਕੀਰਤਨ ਸੰਗਤਾਂ ਦੇ ਰੂਪ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਦੇਖ ਰੇਖ ਹੇਠ ਉਹਨਾਂ ਦੀ ਅਗਵਾਈ ਦੇ ਅਧੀਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਿਆ ਹੈ। ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੰਤ ਸਮਾਜ ਦੇ ਜੋ ਪ੍ਰਧਾਨ ਵੀ ਨੇ, ਇਸੇ ਤਰ੍ਹਾਂ ਸੰਤ ਲਖਵੀਰ ਸਿੰਘ ਜੀ ਰਖਵਾੜਾ ਸਾਹਿਬ ਵਾਲੇ ਔਰ ਬਾਬਾ ਹਰੀ ਸਿੰਘ ਜੀ ਰੰਧਾਵਾ, ਇਸੇ ਹੀ ਤਰ੍ਹਾਂ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਉਪਰਾਲਾ ਕਰਕੇ ਜਾਹੋ ਜਲਾਲ ਨਾਲ ਇਹ ਨਗਰ ਕੀਰਤਨ ਲੈ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਹੁੰਚੇ ਹਨ, ਜਿੱਥੇ ਇਹ ਬਹੁਤ ਵੱਡਾ ਸ਼ਲਾਘਾ ਜੋ ਕਦਮ ਹੈ ਉੱਥੇ ਹੀ ਦਮਦਮੀ ਟਕਸਾਲ ਆਪਣੀ ਰੀਤੀ ਅਨੁਸਾਰ ਜਿਵੇਂ ਮਹਾਂਪੁਰਸ਼ ਬਾਬਾ ਦੀਪ ਸਿੰਘ ਜੀ ਤੋਂ ਜਿੱਥੇ ਦੇਗ ਦੀ ਧਾਰਨੀ ਹੈ ਉੱਥੇ ਤੇਗ ਦੀ ਧਾਰਨੀ ਰਹੀ ਹੈ, ਜਿੱਥੇ ਤੇਗ ਦੀ ਧਾਰਨੀ ਹੈ ਉੱਥੇ ਸ਼ਬਦ ਦੀ ਵਿਆਖਿਆ ਬੱਚਿਆਂ ਨੂੰ ਸਿਖਾਉਣੀ, ਵਿਦਿਆਰਥੀਆਂ ਨੂੰ ਗੁਰਮਤਿ ਦੇ ਧਾਰਨੀ ਕਰਨਾ, ਮਨ ਕਰਕੇ ਗੁਰਬਾਣੀ ਦੇ ਸਹਿਤ ਪੱਕਿਆਂ ਕਰਨਾ, ਤਨ ਕਰਕੇ ਜੰਗ ਵਿੱਚ ਜੂਝਣ ਦਾ ਬਲ ਬਖਸ਼ਣਾ, ਉਸ ਦੇ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਬੋਧ ਸਮਾਗਮ ਜਿਹੜਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ 10 ਜੂਨ ਨੂੰ ਆਰੰਭ ਹੋਇਆ ਹੈ। ਔਰ ਇਹ ਵਿਲੱਖਣ ਪਾਠ ਬੋਧ ਇਸ ਲਈ ਹੈ, ਕਿਸੇ ਵੀ ਪਾਠ ਬੋਧ ਵਿੱਚ 500 ਤੋਂ ਵੱਧ ਵਿਦਿਆਰਥੀ ਨਹੀਂ ਅੱਜ ਤੱਕ ਉਂਬੜ ਸਕਿਆ, ਪਰ ਇਸ ਪਾਠ ਬੋਧ ਵਿੱਚ ਤਕਰੀਬਨ 1000 ਤੋਂ ਉੱਤੇ ਕਾਲਜ ਯੂਨੀਵਰਸਿਟੀ ਦੇ ਬੱਚੇ ਜਿਨ੍ਹਾਂ ਦੇ ਕੋਲ ਦੁਨਿਆਵੀ ਵਿੱਦਿਆ ਹੈ ਪਹੁੰਚ ਕਰਕੇ ਗੁਰਮਤਿ ਦੀ ਵਿੱਦਿਆ ਪ੍ਰਾਪਤ ਕਰ ਰਹੇ ਹਨ। ਸੋ ਸਮੂਹ ਹੀ ਸੰਤ ਸਮਾਜ ਦਮਦਮੀ ਟਕਸਾਲ ਕੌਮ ਦੀ ਅਗਵਾਈ ਬੜੇ ਹੀ ਸੁਚੱਜੇ ਢੰਗ ਨਾਲ ਕਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।